ਅੱਜ ਅਸੀਂ ਮੁਕਤਸਰ ਜੇਲ੍ਹ ਦੀ ਸਰਪ੍ਰਾਈਜ਼ ਚੈਕਿੰਗ ਕੀਤੀ ਹੈਗੀ, ਵੱਖ ਵੱਖ ਟੀਮ ਬਣਾ ਕੇ ਜੇਲ੍ਹ ਸੁਪਰਡੈਂਟ ਸਾਹਿਬ ਕੇ ਸਾਥ ਟਾਈਪ ਕਰਕੇ, ਔਰ ਇਹ ਚੀਜ਼ਾਂ ਅਸੀਂ ਚੈੱਕ ਕਰ ਰਹੇ ਹੈਗੇ, ਤਾਂ ਕਿ ਇਸਕਾ ਜੋ ਮੇਨ ਪਰਪਜ਼ ਹੈਗਾ ਵੋ ਇਹ ਹੈਗਾ ਕਿ ਜੋ ਕੈਦੀ ਹੈਗੇ ਜੇਲ੍ਹ ਦੇ ਅੰਦਰ ਜਾਂ ਤਾਂ ਕੋਈ ਮੋਬਾਈਲ ਯੂਜ਼ ਨਾ ਕਰ ਸਕੇ ਜਾਂ ਕੋਈ ਨਸ਼ੀਲੀ ਪਦਾਰਥ ਯੂਜ਼ ਨਾ ਕਰ ਸਕੇ, ਤਾਂ ਕਿ ਇੱਕ ਨੈਕਸਸ ਟੁੱਟਾ ਜਾਏ ਜਾਂ ਕੋਈ ਮੋਬਾਈਲ ਕੇ ਥਰੂ ਯਹਾਂ ਸੇ ਕੋਈ ਗੈਂਗ ਆਪਰੇਟ ਹੋ ਰਿਹਾ ਤਾਂ ਉਸਕੇ ਨਕੇਲ ਕਸੀ ਜਾ ਸਕੇ। ਕਿੰਨੀ ਫੋਰਸ ਸਰ? ਅਸੀਂ ਐਪਰੋਕਸੀਮੇਟ 150 ਪੁਲਿਸ ਪਰਸੋਨਲ ਔਰ ਜੀਓ ਸਾਹਿਬਾਨ ਲੈ ਕੇ ਇੱਥੇ ਮਾਰਨਿੰਗ ਦੇ ਵਿੱਚ ਇੱਥੇ ਰੇਡ ਕੀਤੀ ਹੈ। ਅਜੇ ਤੱਕ ਸਰ ਕੁਛ ਜਾਣਕਾਰੀ? ਅਭੀ ਸਰ ਚੱਲ ਰਿਹਾ ਹੈਗਾ, ਜਦੋਂ ਪੂਰਾ ਕੰਪਲੀਟ ਹੋਗਾ ਉਹਦੇ ਬਾਅਦ ਮੈਂ ਫਿਰ ਰਿਕਵਰੀ ਕੇ ਬਾਰੇ ਮੈਂ ਦੱਸ ਜਾਏਗਾ। ਅੱਜ ਅਸੀਂ ਮੁਕਤਸਰ ਜੇਲ੍ਹ ਦੀ ਸਰਪ੍ਰਾਈਜ਼ ਚੈਕਿੰਗ ਕੀਤੀ ਹੈਗੀ, ਵੱਖ ਵੱਖ ਟੀਮ ਬਣਾ ਕੇ ਜੇਲ੍ਹ ਸੁਪਰਡੈਂਟ ਸਾਹਿਬ ਕੇ ਸਾਥ ਟਾਈਪ ਕਰਕੇ, ਔਰ ਇਹ ਚੀਜ਼ਾਂ ਅਸੀਂ ਚੈੱਕ ਕਰ ਰਹੇ ਹੈਗੇ, ਤਾਂ ਕਿ ਇਸਕਾ ਜੋ ਮੇਨ ਪਰਪਜ਼ ਹੈਗਾ ਵੋ ਇਹ ਹੈਗਾ ਕਿ ਜੋ ਕੈਦੀ ਹੈਗੇ ਜੇਲ੍ਹ ਦੇ ਅੰਦਰ ਜਾਂ ਤਾਂ ਕੋਈ ਮੋਬਾਈਲ ਯੂਜ਼ ਨਾ ਕਰ ਸਕੇ ਜਾਂ ਕੋਈ ਨਸ਼ੀਲੀ ਪਦਾਰਥ ਯੂਜ਼ ਨਾ ਕਰ ਸਕੇ, ਤਾਂ ਕਿ ਇੱਕ ਨੈਕਸਸ ਟੁੱਟਾ ਜਾਏ ਜਾਂ ਕੋਈ ਮੋਬਾਈਲ ਕੇ ਥਰੂ ਯਹਾਂ ਸੇ ਕੋਈ ਗੈਂਗ ਆਪਰੇਟ ਹੋ ਰਿਹਾ ਤਾਂ ਉਸਕੇ ਨਕੇਲ ਕਸੀ ਜਾ ਸਕੇ। ਕਿੰਨੀ ਫੋਰਸ ਸਰ? ਅਸੀਂ ਐਪਰੋਕਸੀਮੇਟ 150 ਪੁਲਿਸ ਪਰਸੋਨਲ ਔਰ ਜੀਓ ਸਾਹਿਬਾਨ ਲੈ ਕੇ ਇੱਥੇ ਮਾਰਨਿੰਗ ਦੇ ਵਿੱਚ ਇੱਥੇ ਰੇਡ ਕੀਤੀ ਹੈ। ਅਜੇ ਤੱਕ ਸਰ ਕੁਛ ਜਾਣਕਾਰੀ? ਅਭੀ ਸਰ ਚੱਲ ਰਿਹਾ ਹੈਗਾ, ਜਦੋਂ ਪੂਰਾ ਕੰਪਲੀਟ ਹੋਗਾ ਉਹਦੇ ਬਾਅਦ ਮੈਂ ਫਿਰ ਰਿਕਵਰੀ ਕੇ ਬਾਰੇ ਮੈਂ ਦੱਸ ਜਾਏਗਾ। ਅੱਜ ਅਸੀਂ ਮੁਕਤਸਰ ਜੇਲ੍ਹ ਦੀ ਸਰਪ੍ਰਾਈਜ਼ ਚੈਕਿੰਗ ਕੀਤੀ ਹੈਗੀ, ਵੱਖ ਵੱਖ ਟੀਮ ਬਣਾ ਕੇ ਜੇਲ੍ਹ ਸੁਪਰਡੈਂਟ ਸਾਹਿਬ ਕੇ ਸਾਥ ਟਾਈਪ ਕਰਕੇ, ਔਰ ਇਹ ਚੀਜ਼ਾਂ ਅਸੀਂ ਚੈੱਕ ਕਰ ਰਹੇ ਹੈਗੇ, ਤਾਂ ਕਿ ਇਸਕਾ ਜੋ ਮੇਨ ਪਰਪਜ਼ ਹੈਗਾ ਵੋ ਇਹ ਹੈਗਾ ਕਿ ਜੋ ਕੈਦੀ ਹੈਗੇ ਜੇਲ੍ਹ ਦੇ ਅੰਦਰ ਜਾਂ ਤਾਂ ਕੋਈ ਮੋਬਾਈਲ ਯੂਜ਼ ਨਾ ਕਰ ਸਕੇ ਜਾਂ ਕੋਈ ਨਸ਼ੀਲੀ ਪਦਾਰਥ ਯੂਜ਼ ਨਾ ਕਰ ਸਕੇ, ਤਾਂ ਕਿ ਇੱਕ ਨੈਕਸਸ ਟੁੱਟਾ ਜਾਏ ਜਾਂ ਕੋਈ ਮੋਬਾਈਲ ਕੇ ਥਰੂ ਯਹਾਂ ਸੇ ਕੋਈ ਗੈਂਗ ਆਪਰੇਟ ਹੋ ਰਿਹਾ ਤਾਂ ਉਸਕੇ ਨਕੇਲ ਕਸੀ ਜਾ ਸਕੇ। ਕਿੰਨੀ ਫੋਰਸ ਸਰ? ਅਸੀਂ ਐਪਰੋਕਸੀਮੇਟ 150 ਪੁਲਿਸ ਪਰਸੋਨਲ ਔਰ ਜੀਓ ਸਾਹਿਬਾਨ ਲੈ ਕੇ ਇੱਥੇ ਮਾਰਨਿੰਗ ਦੇ ਵਿੱਚ ਇੱਥੇ ਰੇਡ ਕੀਤੀ ਹੈ। ਅਜੇ ਤੱਕ ਸਰ ਕੁਛ ਜਾਣਕਾਰੀ? ਅਭੀ ਸਰ ਚੱਲ ਰਿਹਾ ਹੈਗਾ, ਜਦੋਂ ਪੂਰਾ ਕੰਪਲੀਟ ਹੋਗਾ ਉਹਦੇ ਬਾਅਦ ਮੈਂ ਫਿਰ ਰਿਕਵਰੀ ਕੇ ਬਾਰੇ ਮੈਂ ਦੱਸ ਜਾਏਗਾ।